ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਅੱਜ ਆਪਾਂ ਜਿਹੜੇ ਬੰਦੇ ਨੇ ਇਕੱਠੇ ਹੋਏ ਨਾ, ਉਹਦੇ ਆਪਾਂ ਜੋ ਮਨੋਰੰਜਾ ਰੱਖਣਾ ਹੈ, ਉਹਦੇ ਜਿਹੜੇ ਆਪਾਂ ਬਣਾਏ ਨੇ ਪੁਆਇੰਟ, ਉਹ ਮੈਂ ਤੁਹਾਨੂੰ ਇਸ ਤਰ੍ਹਾਂ ਜਿਵੇਂ ਸਾਡੀ ਜ਼ਮੀਨ ਕਰਾਇਆ ਕਰਨ ਤੋਂ ਪਹਿਲਾਂ ਸਾਨੂੰ ਉਹਦਾ ਰੇਟ ਦੱਸਣਾ ਚੀਜ਼ ਹੈ ਕੀ ਸਾਨੂੰ ਮਿਲਦਾ। ਜੇ ਜ਼ਮੀਨ ਤੋਂ ਸੜਕ ਨਿਕਲਦੀ ਹੈ, ਉੱਥੇ ਜ਼ਮੀਨ ਤੋਂ ਦੋ ਟੁੱਟੇ ਹੋ ਜਾਂਦੇ ਨੇ, ਦੋਵਾਂ ਪਾਸੇ ਸਾਡਾ ਪਾਣੀ ਦਾ ਅਤੇ ਰਸਤੇ ਦਾ ਹੱਲ ਕੀਤਾ ਹੈ। ਕਿਸਾਨ ਦੀ ਜ਼ਮੀਨ 10-15 ਮਰਲੇ ਬਚ ਜਾਂਦੀ ਹੈ, ਤਾਂ ਉਹ ਜ਼ਮੀਨ ਕੀ ਕਰੇਗਾ? ਉਹਦਾ ਵੀ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਰਿਪੇਅਰ ਕੀਤੀ ਜਾਵੇ। ਕਲੈਕਟਰ ਰੇਟ ਬਣਾਉਣ ਤੋਂ ਪਹਿਲਾਂ ਜਿਹੜਾ ਮਾਰਕੀਟ ਰੇਟ ਵੇਖ ਕੇ ਉਹਦੇ ਹਿਸਾਬ ਨਾਲ ਬਣਾਇਆ ਜਾਵੇ। ਸਾਨੂੰ ਜਿਹੜਾ ਰੇਟ ਹੈ ਸਾਡੀਆਂ ਜ਼ਮੀਨਾਂ ਦਾ, ਘੱਟ ਤੋਂ ਘੱਟ 2 ਕਰੋੜ ਦਿੱਤਾ ਜਾਵੇ, ਤਾਂ ਅਸੀਂ ਜ਼ਮੀਨਾਂ ਦੱਸਾਂਗੇ। ਤੁਸੀਂ ਮਾਰਕੀਟ ਦੇ ਰੇਟ ਦਾ ਤਾਂ ਪਤਾ ਕਰੋ। ਮੇਰਾ ਨਾਂ ਹੈ ਜਗਤਾਰ ਸਿੰਘ, ਪਿੰਡ ਬਰਾਸ ਹੈ ਜੀ। ਅੱਜ ਦੀ ਸਾਡੀ ਮੀਟਿੰਗ ਵੀਰ, ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਜਿਹੜਾ ਰੋਡ ਲੰਘ ਰਿਹਾ, ਉਸ ਰੋਡ ਦੇ ਸੰਬੰਧ ਵਿੱਚ ਅਸੀਂ ਸਾਰੇ 11 ਪਟਿਆਲੇ ਜ਼ਿਲ੍ਹੇ ਦੇ 11 ਪਿੰਡਾਂ ਦੀ ਜ਼ਮੀਨ ਆਉਂਦੀ ਹੈ, ਉਹ ਸਾਰੇ ਪਿੰਡਾਂ ਦੇ ਇੱਥੇ ਜ਼ਿਮੀਂਦਾਰ ਜਿਹੜੇ ਨੇ ਇਕੱਠੇ ਹੋਏ ਆ, ਉਹ ਜ਼ਮੀਨ ਦੇ ਸੰਬੰਧ ਵਿੱਚ ਉਹਦਾ ਸਾਨੂੰ ਕੋਈ ਰੇਟ ਨਹੀਂ ਦੱਸਿਆ ਕਿਸੇ ਨੇ, ਅਤੇ ਉਹ ਜ਼ਮੀਨ ਅਕੁਆਇਰ ਕਰਨ ਦੀਆਂ ਗੱਲਾਂ ਕਰਦੇ ਨੇ, ਬੁਰਜੀਆਂ ਲੱਗ ਚੁੱਕੀਆਂ। ਪਿੰਡ ਗਲੌਲੀ, ਠਰਵਾ, ਤਾਲਾ, ਦਤਾਲ, ਸਤਰਾਣਾ, ਬਰਾਸ, ਲਾਲਵਾ, ਘੱਗਾ, ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਇਸ ਦੇ ਵਿੱਚ? ਸਾਨੂੰ ਸਮੱਸਿਆ ਵੀ ਇਹ ਆ ਰਹੀ ਹੈ ਵੀ ਸਾਨੂੰ ਦੱਸ, ਇਹ ਆਮ ਸੁਣਨ 'ਚ ਆਉਂਦਾ ਵੀ ਰੇਟ ਤੁਹਾਡਾ 5-10 ਲੱਖ ਰੁਪਈਆ ਹੀ ਤੁਹਾਨੂੰ ਦਿੱਤਾ ਜਾਣਾ। ਮਾਰਕੀਟ 'ਚ ਤੁਸੀਂ ਵੇਖਿਆ ਜਾਵੇ, ਜਿਹਦੀ ਜ਼ਮੀਨ ਉੱਜੜ ਜਾਣਾ ਬੰਦਾ ਕਿੱਥੇ ਜਾ ਕੇ ਲਏਗਾ? ਉਹਦਾ ਤਾਂ ਪਰਿਵਾਰ ਖਤਮ ਹੋ ਜਾਣਾ। ਅਸੀਂ ਇਹ ਮੰਗ ਕਰਨੇ ਆ ਵੀ ਸਾਨੂੰ ਘੱਟ ਤੋਂ ਘੱਟ 2 ਕਰੋੜ ਮੁਆਵਜ਼ਾ ਦਿੱਤਾ ਜਾਵੇ, ਤਾਂ ਅਸੀਂ ਜ਼ਮੀਨਾਂ ਛੱਡਾਂਗੇ, ਨਹੀਂ ਤਾਂ ਉੱਥੇ ਹੀ ਮਰਾਂਗੇ। ਇਹ ਜ਼ਿਮੀਂਦਾਰ ਸਾਰੇ ਉੱਥੇ ਹੀ ਮਰਨਗੇ, ਧਰਨੇ ਲੱਗਣਗੇ, ਫਿਰ ਵੀਰ ਫਿਰ ਇਹ ਕਹਿੰਦੇ ਪ੍ਰੋਟੈਸਟ ਕਰਦੇ ਨੇ। ਅਸੀਂ ਜ਼ਿਮੀਂਦਾਰ ਮਰਦਾ ਹੋਰ ਕੀ ਕਰੇਗਾ? ਇੱਕ ਦੀ ਜ਼ਮੀਨ ਸਾਡੀ ਇੱਧਰਲੇ ਪਾਸੇ ਹੋ ਜਾਈਏ, ਇੱਦੀ ਦੂਜੇ ਪਾਸੇ ਹੋ ਗਈ ਹੈ, ਉਹਦਾ ਬੜਾ ਬੜਾ ਵੱਡਾ ਉਹਦਾ ਨੁਕਸਾਨ ਹੋਣਾ ਜੀ, ਬਹੁਤ ਹੀ ਵੱਡਾ ਨੁਕਸਾਨ ਹੋਣਾ ਉਹਦੇ। ਅਸੀਂ ਤਾਂ ਕਹਿੰਦੇ ਹਾਂ ਵੀ ਜਿਹਦੀ ਜ਼ਮੀਨ ਆਉਂਦੀ ਹੈ ਉਹਦੇ ਘੱਟ ਤੋਂ ਘੱਟ 1 ਜੀ ਨੂੰ, ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਆਮ ਬਾਜ਼ਾਰ 'ਚ ਗੱਲਾਂ ਚੱਲਦੀਆਂ ਨੇ, ਸਾਨੂੰ ਤਾਂ ਕਿਸੇ ਨੇ ਰੇਟ ਦੱਸਿਆ ਹੀ ਕੁਛ ਨਹੀਂ। ਕੋਈ ਸੰਪਰਕ ਨਹੀਂ ਕਰਿਆ ਜੀ ਪ੍ਰਸ਼ਾਸਨ ਨੇ, ਕੋਈ ਸੰਪਰਕ ਨਹੀਂ ਕਰਿਆ। ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੀ, ਸਾਰੇ ਕੈਂਸਲ ਕਰਦੇ ਨੇ, ਅੱਬਲ ਦੇ ਮੰਗ ਪੱਤਰ ਫੜਦਾ ਹੀ ਕੋਈ ਨਹੀਂ ਉੱਥੇ ਕੋਈ, ਨਹੀਂ ਤਾਂ ਸਾਨੂੰ ਆਉਂਦੇ ਨੇ, ਸਾਡੇ ਹੱਥ 'ਚ ਕੁਛ ਨਹੀਂ। ਇਹ ਜ਼ਿੰਮੇਦਾਰ ਦੇ ਵੇਖੋ, ਅਸੀਂ ਤਾਂ ਪੰਜਾਬ 'ਚ ਬੈਠੇ, ਅਸੀਂ ਤਾਂ ਕਹਿੰਦੇ ਪੰਜਾਬ ਗੌਰਮੈਂਟ ਤੋਂ ਹੀ ਮੰਗ ਕਰਦੇ ਹਾਂ ਵੀ ਸਾਨੂੰ ਇੱਥੇ ਇਹਨਾਂ ਦੀ ਸਹਿਮਤੀ ਤੋਂ ਬਿਨਾਂ ਕਿਵੇਂ ਠਾਲੇਗਾ ਕੋਈ? ਨਹੀਂ, ਅਸੀਂ ਹਾਲੇ ਕਿਸੇ ਮੈਂਬਰ ਕੋਲ, ਲੋਕ ਸਭਾ ਮੈਂਬਰ ਕੋਲ ਨਹੀਂ ਗਏ, ਜਾਵਾਂਗੇ ਹਰ ਜਗ੍ਹਾ ਤੇ ਜਾਵਾਂਗੇ। ਪਹਿਲਾਂ ਅਸੀਂ ਸ਼ੁਰੂ ਕਰਨਾ ਹੁਣ ਸ਼ੁੱਕਰਵਾਰ ਨੂੰ, ਅੱਜ ਅਸੀਂ ਥੋੜੇ ਕਿਸਾਨ ਇਕੱਠੇ ਹੋਏ ਆ, ਸ਼ੁੱਕਰਵਾਰ ਨੂੰ ਸਾਡਾ ਵੱਡਾ ਪ੍ਰੋਟੈਕਸ ਹੈ, ਉਸ ਤੋਂ ਬਾਅਦ ਅਸੀਂ SDM ਸਾਹਿਬ ਦਫ਼ਤਰ ਵੀ ਜਾਣਾ ਤੇ ਹੋਰ ਵੀ ਮੰਤਰੀਆਂ ਨੂੰ ਵੀ ਮਿਲਣਾ। ਮੇਰਾ ਨਾਮ ਰਜਿੰਦਰਪਾਲ ਸਿੰਘ, ਪਿੰਡ ਘੱਗਾ ਜੀ, ਜ਼ਮੀਨ ਸਾਡੀ ਅਤਾਲਾਂ 'ਚ ਆਉਂਦੀ ਹੈ ਜੀ। ਸਾਡੀ ਤਕਰੀਬਨ 3 ਏਕੜ ਦੇ ਆਸ ਪਾਸ ਜਿਹੜੀ ਜ਼ਮੀਨ ਉਹ ਅਖਬਾਰ ਦੇ ਹਿਸਾਬ ਨਾਲ ਆਈ ਹੈ ਜੀ। 1 ਕਿੱਲਾ ਸਾਡਾ ਜਿਹੜਾ ਪਿੱਛੇ ਰਹਿ ਗਿਆ, ਉਹਨੂੰ ਕੋਈ ਰਸਤਾ ਨਹੀਂ ਹੈਗਾ ਅਤੇ ਨਾ ਹੀ ਕੋਈ ਪਾਣੀ ਦਾ। ਅੰਮ੍ਰਿਤਸਰ ਵਾਲਾ ਜਿਹੜਾ 6 ਲੇਨ ਜਿਹੜਾ ਐਕਸਪ੍ਰੈਸ ਹਾਈਵੇ ਬਣ ਰਿਹਾ ਜੀ, ਉਸਦੇ ਵਿੱਚ ਇਹ ਸਾਡੀ ਜ਼ਮੀਨ ਆਈ ਹੈ। ਸਾਡਾ ਇਤਰਾਜ ਇਹ ਹੈ ਜੀ, ਜਿਹੜਾ ਇੱਕ ਤਾਂ ਰੇਟ ਦਾ ਕੋਈ ਕਨਫਰਮ ਨਹੀਂ ਹੈਗਾ, ਕੋਈ 30 ਲੱਖ ਕਹਿ ਰਿਹਾ, ਕੋਈ 40 ਕਹਿ ਰਿਹਾ, ਇਹ ਸਾਨੂੰ ਇਹ ਘੱਟੋ ਘੱਟ 2 ਕਰੋੜ ਦੀ ਮੰਗ ਹੈ ਵੀ ਜੇ ਸਾਨੂੰ 2 ਕਰੋੜ ਰੁਪਇਆ ਘੱਟੋ ਘੱਟ ਮਿਲੇ ਤਾਂ ਸਾਡੇ ਜ਼ਿਮੀਂਦਾਰਾਂ ਦੀ ਕਿਸੇ ਪਾਸੇ ਸੈਟਿੰਗ ਬੈਠਦੀ ਹੈ, ਕਿਉਂਕਿ ਅਸੀਂ ਪਹਿਲਾਂ ਤਾਂ ਸਾਨੂੰ ਪਾਕਿਸਤਾਨ ਤੋਂ ਅਸੀਂ ਉੱਜੜ ਕੇ ਆਏ, ਉਦੋਂ ਬਾਅਦ ਇੱਥੇ ਆ ਕੇ ਅਸੀਂ 40-50 ਸਾਲਾਂ 'ਚ ਮਸਾਂ ਦਾ ਆਪਦੀਆਂ ਜ਼ਮੀਨਾਂ ਆਬਾਦ ਕੀਤੀਆਂ ਨੇ। ਹੁਣ ਇਹ ਸਰਕਾਰ ਇਹ ਦੱਬਣ ਜਾ ਰਹੀ ਹੈ ਅਤੇ ਰੇਟ ਵੀ ਕੁਛ ਨਹੀਂ ਦੇ ਰਹੀ, ਉਸ ਹਿਸਾਬ ਨਾਲ ਤਾਂ ਜ਼ਿਮੀਂਦਾਰ ਖਤਮ ਹੋ ਜਾਏਗਾ ਜਿਨ੍ਹਾਂ ਦਾ ਰੋਡ ਦੇ ਵਿੱਚ ਜ਼ਮੀਨ ਆਈ। ਬਿਲਕੁਲ ਨਹੀਂ ਦੇਵਾਂਗੇ ਜੀ, ਅਸੀਂ ਉੱਥੇ ਜੰਗੀ ਪੱਧਰ 'ਤੇ ਸੰਘਰਸ਼ ਕਰਾਂਗੇ, ਜੇ ਮਰਨਾ ਪਿਆ ਮਰਾਂਗੇ, ਪਰ ਅਸੀਂ ਜ਼ਮੀਨ ਨਹੀਂ ਛੱਡਾਂਗੇ ਜਿੰਨਾ ਚਿਰ ਸਾਨੂੰ ਸਹੀ ਮੁਆਵਜ਼ਾ ਨਹੀਂ ਮਿਲਦਾ। ਸਾਰੇ ਜਿੰਨੇ ਵੀ ਪਟਿਆਲੇ ਜ਼ਿਲ੍ਹੇ ਦੇ ਪਿੰਡ ਆਏ ਨੇ, ਉਹ ਅਸੀਂ ਸਾਰੇ ਸ਼ੁੱਕਰਵਾਰ ਨੂੰ ਇਕੱਠੇ ਹੋ ਕੇ ਇੱਕ ਰੈਲੀ ਦੇ ਤੌਰ 'ਤੇ ਅਸੀਂ SDM ਦਫ਼ਤਰ ਪਹੁੰਚਾਂਗੇ ਜੀ। ਦੇਖੋ ਜੀ, 9 ਪਿੰਡਾਂ ਦਾ 3D ਹੋ ਚੁੱਕਿਆ ਤੇ 2 ਪਿੰਡਾਂ ਦਾ ਅਸੀਂ 3A ਜਿਹੜਾ ਅਜੇ ਕਰਨਾ ਹੈ। ਸੋ ਜਿਹੜੇ 9 ਪਿੰਡਾਂ ਦਾ 3D ਹੋ ਗਿਆ, ਉਹਦੇ ਵਿੱਚ ਹੁਣ ਪਹਿਲਾਂ 3A ਦੇ ਵਿੱਚ ਸਿਰਫ ਖਸਰਾ ਨੰਬਰ ਆਏ ਸੀ, 3D ਦੇ ਵਿੱਚ ਖਸਰਾ ਨੰਬਰ ਤੋਂ ਉਹਨਾਂ ਦੇ ਮਾਲਕ ਦੇ ਨਾਮ ਆ ਚੁੱਕੇ ਨੇ। ਹੁਣ ਇਸ ਤੋਂ ਬਾਅਦ ਰੇਟ ਆਣਗੇ, ਅਵਾਰਡ ਜਿਹੜਾ ਉਹ ਸੁਣਾਇਆ ਜਾਏਗਾ। ਸੋ ਉਹਦੇ ਸੰਬੰਧ ਵਿੱਚ ਜੇਕਰ ਆਪਾਂ ਐਕਟ ਦੇ ਅਕੋਰਡਿੰਗਲੀ ਦੇਖਦੇ ਹਾਂ ਤਾਂ ਉਹਦੇ ਵਿੱਚ ਜੋ ਕਲੈਕਟਰ ਰੇਟ ਹੁੰਦਾ ਉਸਦਾ ਦੁੱਗਣਾ ਜਿਹੜਾ ਲੋਕਾਂ ਨੂੰ ਦਿੱਤਾ ਜਾਏਗਾ, ਤੇ ਜੇਕਰ ਕਿਸੇ ਦਾ ਕੋਈ ਹੋਰ ਫੈਕਟਰ ਜੋ ਵੀ ਹੋਏਗਾ ਮੌਕੇ ਤੇ ਉਸਨੂੰ ਕੰਸੀਡਰ ਜਿਹੜਾ ਕੀਤਾ ਜਾਏਗਾ। ਸੋ ਮੇਰੀ ਲੋਕਾਂ ਨੂੰ ਇਹ ਬੇਨਤੀ ਹੈ ਕਿ ਫਾਲਤੂ ਦੀ ਅਫਵਾਹਾਂ ਜਾਂ ਰਿਊਮਰਸ ਵਿੱਚ ਨਾ ਜਾਣ ਕਿ ਸਾਨੂੰ ਪੈਸੇ ਨਹੀਂ ਮਿਲਣੇ ਜਾਂ ਕੁਛ ਇਸ ਤਰੀਕੇ ਦੀ ਜਿਹੜੀ ਅਫਵਾਹਾਂ ਨੇ ਉਹ ਮਾਰਕੀਟ ਵਿੱਚ ਹੈਗੀਆਂ ਨੇ। ਸੋ ਜੋ ਕਿਸੇ ਦਾ ਬਣਦਾ ਹੱਕ ਹੋਏਗਾ ਉਹ ਉਸਨੂੰ ਜ਼ਰੂਰ ਦਿੱਤਾ ਜਾਏਗਾ।
ਤੇ ਪੇਮੈਂਟਸ ਜਿਹੜੀਆਂ ਨੇ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਕਾਰਵਾਈ ਅਵਾਰਡ ਵਾਲੀ ਮੁਕੰਮਲ ਕਰਕੇ ਲੋਕਾਂ ਨੂੰ ਉਹਨਾਂ ਦੇ ਬਣਦੇ ਮੁਆਵਜ਼ਾ ਦੇ ਜਿਹੜੇ ਰਕਮ ਹੈ ਉਹ ਦਿੱਤੀ ਜਾਏ। ਕੋਈ ਰੇਟ ਤੈਅ ਹੋਇਆ ਜੀ ਬਈ 5-6 ਲੱਖ ਰੁਪਏ ਦੇ ਕਰੀਬ? ਨਹੀਂ ਜੀ, ਇੱਦਾਂ ਦਾ ਕੁਛ ਨਹੀਂ ਹੈਗਾ, ਅਜੇ ਕੋਈ ਰੇਟ ਡਿਸਾਈਡ ਨਹੀਂ ਹੋਇਆ, ਕੋਈ ਅਜੇ ਰੇਟ ਜਿਹੜਾ ਫਿਕਸ ਨਹੀਂ ਕੀਤਾ ਗਿਆ, ਜਿੱਦਾਂ ਹੀ ਫਿਕਸ ਕੀਤਾ ਜਾਏਗਾ ਉਹ ਅਖਬਾਰ ਦੇ ਵਿੱਚ ਆ ਜਾਏਗਾ। ਕਲੈਕਟਰ ਰੇਟ ਤਾਂ ਦੁੱਗਣਾ ਰੇਟ ਮਿਲਣਾ ਸਾਰਾ ਜਿਹੜੇ ਮਿਲਣਾ ਜ਼ਿੰਮੇਦਾਰਾਂ ਨੂੰ ਜੀ? ਘੱਟੋ ਘੱਟ ਇੰਨਾ ਤਾਂ ਮਿਲਣਾ ਹੀ ਹੈ ਕਿ ਇਹ ਘੱਟੋ ਘੱਟ ਹੈ ਕਿ ਕਲੈਕਟਰ ਰੇਟ ਤੋਂ ਦੁੱਗਣਾ ਜਿਹੜਾ ਉਹ ਤਾਂ ਮਿਲਣਾ ਹੀ ਹੈ। ਸੋ ਉਸ ਤੋਂ ਇਲਾਵਾ ਜੇਕਰ ਕਿਸੇ ਦੀ ਸੜਕ ਤੇ ਆਉਂਦੀ ਹੈ ਜਾਂ ਜਿਹੜਾ ਕੋਈ ਹੋਰ ਕੋਈ ਫੈਕਟਰ ਅਸੀਂ ਮੌਕੇ ਤੇ ਦੇਖਾਂਗੇ, ਉਹ ਮੌਕੇ ਤੇ ਦੇਖ ਕੇ ਉਹਦੇ ਅਕੋਰਡਿੰਗਲੀ ਉਹਨੂੰ ਬਣਦਾ ਹੱਕ ਜਿਹੜਾ ਉਹ ਦਿੱਤਾ ਜਾਏਗਾ। ਵੀ ਕਿਸਾਨਾਂ ਨੂੰ ਕਿਸ ਤਰ੍ਹਾਂ ਧੱਕਾ ਨਹੀਂ, ਕਿਸ ਤਰ੍ਹਾਂ ਹੋਊਗਾ ਕਿਸੇ ਤਰ੍ਹਾਂ? ਨਹੀਂ ਜੀ, ਕਿਸੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਏਗਾ, ਜੋ ਉਹਨਾਂ ਦਾ ਬਣਦਾ ਹੱਕ ਹੈ ਉਹਨਾਂ ਨੂੰ ਜ਼ਰੂਰ ਦਿੱਤਾ ਜਾਏਗਾ। ਫਿਰ ਵੀ ਜੇਕਰ ਉਹ ਸਾਡੇ ਅਵਾਰਡ ਤੋਂ ਸੰਤੁਸ਼ਟ ਨਹੀਂ ਹੁੰਦੇ ਨੇ ਤਾਂ ਉਸ ਦੀ ਅਪੀਲ ਉਹ ਫਰਦਰ ਕਮਿਸ਼ਨਰ ਸਾਹਿਬ ਦੇ ਕੋਲ ਪਾ ਸਕਦੇ ਨੇ। ਬਾਕੀ ਇਹ ਇੱਕ ਕੰਪਲਸਰੀ ਐਕਵੀਜ਼ੀਸ਼ਨ ਹੈ, ਇਹਦੇ ਵਿੱਚ ਇਹ ਕਹਿਣਾ ਕਿ ਅਸੀਂ ਜ਼ਮੀਨ ਨਹੀਂ ਅਕਵਾਇਰ ਕਰਨ ਦੇਣੀ ਜਾਂ ਕੁਛ ਹੈ, ਸੋ ਉਹ ਗਲਤ ਗੱਲਾਂ ਨੇ। ਫਾਲਤੂ ਦੇ ਲੋਕਾਂ ਦੇ ਰਿਊਮਰਸ ਦੇ ਉੱਤੇ ਜਿਹੜੀ ਆ ਉਹ ਲੋਕਾਂ ਨੂੰ ਨਹੀਂ ਜਾਣਾ ਚਾਹੀਦਾ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।